किराया माफ सिर्फ हैंडीकैप व्यक्तियों का। दो हजार बारह तो पहले जो ऑटो नहीं पाए थे उदो असी भी पैदल जाते थे। एक्चुअली मेरी वाइफ भी माड़े हैंडीकैप है, 100% है वो। 100% हैंडीकैप? हाँ जी, वो अखा तो है। जो मैं ऑटो पाया था मैंने पहला चप्पे ही चक्या था भी पहले ही लिखाओ जो अपने नाल बीतती है किसी नाल ना बीते। बिल्कुल उन्हां व्यक्तियों नूं दिखाणा जो बिल्कुल ठीक ठाक ने, हाथ पैर चलते ने, पर फिर भी सड़कां ते ओह भीख मंग के गुजारा कर रहे ने। तां भाजी इह ख्याल किवें आया तुहाडे दिमाग च कि तुसीं आ किराया माफ करोगे? कौन 20 रुपए या 15 रुपए या 10 रुपए लाएगा? वो बेचारा रिड़कदा होया इक टंग ते चला जाऊगा, औखा होगा, पर ऑटो वगैरह नहीं करेगा। बिल्कुल ये बीबी भैन नु किसी नु पूछ लो तो गलत सोचती थी, पता नहीं मैनू क्यों पूछी यार बार बार। जिदन इसमें 5-10 बह जाती हैंडीकैप सवारियां उदन अपनी जेबा ही भरिया होंगे जी, अपने गला भी भरिया होंगे, कोई रुपये की घाट नहीं होंगी, कोई घरे आटा चिन्नी दाल की घाट नहीं होंगी। उग्रवादियों ने रखे थे बंब, उत्थे 3 बंब रखे गए थे। इस वीडियो नूं शेयर करना तुहाडे हाथ च आ, क्योंकि जे तुसीं शेयर करोगे तां किसे भरा बारे इस वर्गे होर नूं भी पता लगूगा। स्पैशल बाईज ने लकार किया किराया माफ सिर्फ हैंडीकैप व्यक्तियां दा, इह चीज तुसीं ध्यान नाल देख लवो। हर इक बंदा कहिंदा कि यार ना 10 रुपए बच जाण मैनूं इत्थों कि तुसीं हैंडीकैप हो। सरकार वल्लों तुहाडे लई की सहूलत हुंदी आ जिवें पेंशन वगैरह लगदी आ, उह लगी हुई आ? ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤ ਤੇ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਅਣਖ ਪੰਜਾਬ ਦੀ। ਅੱਜ ਅਸੀਂ ਤੁਹਾਡੇ ਲਈ ਇਹ ਵੀਡੀਓ ਲੈ ਕੇ ਆਏ ਹਾਂ ਕਿਉਂਕਿ ਅੱਜ ਇੱਕ ਅਜਿਹੇ ਖਾਸ ਵਿਅਕਤੀ ਨਾਲ ਮਿਲਣ ਜਾ ਰਹੇ ਹਾਂ ਜੋ ਖੁਦ ਆਪ ਇੱਕ 80% ਹੈਂਡੀਕੈਪ ਨੇ। ਬਿਲਕੁਲ ਪਟਿਆਲਾ ਤੋਂ ਆਇਆ ਉਹ ਇਨਸਾਨ ਜੋ ਤੁਹਾਡੇ ਰੂਬਰੂ ਕਰਵਾਉਣ ਜਾ ਰਹੇ ਹਾਂ, ਜੋ ਇੱਕ ਰਿਕਸ਼ਾ ਚਲਾਉਂਦੇ ਨੇ ਅਤੇ ਰਿਕਸ਼ੇ ਦੇ ਉੱਤੇ ਉਹਨਾਂ ਨੇ ਲਿਖਿਆ ਕਿਰਾਇਆ ਮਾਫ ਸਿਰਫ ਹੈਂਡੀਕੈਪ ਵਿਅਕਤੀਆਂ ਦਾ, ਇਹ ਚੀਜ਼ ਲਿਖੀ ਹੋਈ ਆ। ਅਤੇ ਅਸੀਂ ਗਏ ਸੀ ਬਾਜ਼ਾਰ 'ਚ, ਬਾਜ਼ਾਰ 'ਚ ਜਦੋਂ ਇਹ ਚੀਜ਼ ਅਸੀਂ ਦੇਖੀ ਰਿਕਸ਼ੇ 'ਤੇ ਲਿਖੀ ਹੋਈ ਤਾਂ ਅਸੀਂ ਬਾਈ ਨੂੰ ਮਿਲੇ ਤਾਂ ਬਾਈ ਨਾਲ ਗੱਲਬਾਤ ਕੀਤੀ ਕਿ ਬਾਈ ਜੀ ਅਸੀਂ ਤੁਹਾਡਾ ਇੰਟਰਵਿਊ ਕਰਨਾ, ਅਸੀਂ ਉਹਨਾਂ ਵਿਅਕਤੀਆਂ ਨੂੰ ਦਿਖਾਉਣਾ ਜੋ ਬਿਲਕੁਲ ਠੀਕ ਠਾਕ ਨੇ, ਹੱਥ ਪੈਰ ਚੱਲਦੇ ਨੇ, ਪਰ ਫਿਰ ਵੀ ਸੜਕਾਂ 'ਤੇ ਉਹ ਭੀਖ ਮੰਗ ਕੇ ਗੁਜ਼ਾਰਾ ਕਰ ਰਹੇ ਨੇ। ਪਰ ਤੁਸੀਂ ਹੈਂਡੀਕੈਪ ਹੋ, ਤੁਸੀਂ ਫਿਰ ਵੀ ਹੈਂਡੀਕੈਪ ਵਿਅਕਤੀਆਂ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਉਹਨਾਂ ਨੂੰ ਕਿਰਾਇਆ ਮਾਫ। ਭਾਈ ਜੀ ਤੁਹਾਡਾ ਹੁਣ ਜ਼ਿਆਦਾ ਟਾਈਮ ਖਰਾਬ ਨਹੀਂ ਕਰਦੇ, ਆਪਾਂ ਸਿੱਧਾ ਗੱਲਬਾਤ ਕਰਦੇ ਹਾਂ ਸੰਜੇਸ਼ ਜੀ ਨਾਲ। ਭਾਈ ਜੀ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਚੈਨਲ 'ਤੇ। ਸਤਿ ਸ਼੍ਰੀ ਅਕਾਲ ਜੀ। ਭਾਈ ਜੀ ਕਿੱਥੋਂ ਤੁਸੀਂ, ਪਟਿਆਲੇ ਤੋਂ ਜੰਮ ਪਲੇ ਕਿੱਥੋਂ ਤੁਸੀਂ ਦੱਸੋ? ਸਰ ਮੈਂ ਪਟਿਆਲੇ ਤੋਂ ਹੀ ਹਾਂ ਜੀ। ਪਟਿਆਲੇ ਤੋਂ? ਥੋੜ੍ਹੀ ਉੱਚੀ ਆਵਾਜ਼ 'ਚ ਗੱਲ ਸਰ, ਪਟਿਆਲੇ ਤੋਂ ਜੀ। ਠੀਕ ਹੈ, ਤੇ ਤੁਸੀਂ ਕਿੰਨਾ ਟਾਈਮ ਹੋ ਗਿਆ ਰਿਕਸ਼ੇ ਦਾ ਕੰਮ ਕਰਦੇ ਹੋਏ? ਸਰ ਰਿਕਸ਼ਾ ਦਾ ਹੁਣ ਆਈ ਹੈ, ਪਹਿਲੇ ਮੇਰੇ ਕੋਲ ਆਟੋ ਆਏ ਗਏ ਨੇ ਮੇਰੇ ਦੋ, ਤੇ ਮੈਂ ਉਹ 2012 ਤੋਂ ਚਲਾ ਰਿਹਾ। 12 ਨੂੰ ਚਲਾ ਰਿਹਾ? 2012 ਤੋਂ। ਤੇ ਰਿਕਸ਼ਾ ਹੁਣ ਆਈ ਹੈ, ਇਹ ਵੀ ਲੈ ਕੇ ਰੱਖ ਲਿਆ, ਇਹਦਾ ਵੀ ਮਤਲਬ ਆਪਾਂ ਨੂੰ ਬਹੁਤ ਬੈਨੀਫਿਟ ਤੇ ਫਾਇਦਾ ਹੈਗਾ। ਤੁਹਾਡੇ ਕੋਲ 3 ਰਿਕਸ਼ੇ ਨੇ? ਹਾਂਜੀ ਸਰ। ਬਾਕੀ ਰਿਕਸ਼ੇ ਕੌਣ ਚਲਾਉਂਦੇ ਨੇ? ਉਹ ਵੀ ਮੈਂ ਚਲਾਉਂਦਾ ਜੀ। ਤੁਸੀਂ ਚਲਾਉਂਦੇ? ਹਾਂਜੀ, ਦੂਰ ਜਾਣਾ ਤਾਂ ਫਿਰ ਆਟੋ ਵਗੈਰਾ ਚਲਾ ਲਿਆ, ਜੋ ਲੋਕਲ ਨੇੜੇ ਤੇੜੇ ਦੀ ਸਵਾਰੀ ਹੈ ਇੱਧਰ ਚਲਾ ਲਈ। ਠੀਕ ਹੈ, ਤਾਂ ਦੋਸਤੋ 3 ਰਿਕਸ਼ੇ ਨੇ ਬਾਈ ਜੀ ਕੋਲ, ਕਹਿੰਦੇ ਦੂਰ ਜਾਣਾ ਹੋਵੇ ਤਾਂ ਉਹ ਯੂਜ਼ ਕਰਦੇ ਨੇ, ਨੇੜੇ ਵਾਸਤੇ ਇਹ ਰੱਖਿਆ ਹੋਇਆ। ਤਾਂ ਤੁਸੀਂ ਇਸ ਰਿਕਸ਼ੇ ਦੇ ਉੱਤੇ ਦੇਖੋ, ਖਾਸ ਲਿਖਿਆ ਪਿਆ
किराया माफ सिर्फ हैंडीकैप व्यक्तियों का। तो भाजी ये ख्याल किवें आया तुहाडे दिमाग च कि तुसीं आ किराया माफ करोगे हैंडीकैप, क्योंकि अजकल हर एक बंदा अपने बारे सोचता दूजे बारे कदे नहीं सोचता। जे कोई रस्ते च दो मिनट का रस्ता भी है ना, जे कोई बैठ जाए भाई जी उत्थे तक छड़ दिओ तां वी कहिंदा भाई जी 20 रुपए लगणगे। तुहाडे दिमाग च इदां दा ख्याल किवें आ गया? सर ये हालात जो असीं गुजरे आ, ठीक है 2012 तो पहले जो ऑटो नहीं पाए थे उदो असीं भी पैदल जांदे थे, ठीक है। एक्चुअली मेरी वाइफ भी माड़े हैंडीकैप है, 100% है वो। 100% हैंडीकैप? हां जी वो अखां तो है, ठीक है। तुसीं हैंडीकैप अपने बारे दसो थोड़ा जिहा। मैं अपने हत्थां तो हां, ਤਾਂ ਕਰਕੇ ਫਿਰ ਜਦੋਂ ਅਸੀਂ ਜਾਂਦੇ ਸਾਨੂੰ ਵੀ ਇਹੀ ਉਮੀਦ ਰਹਿੰਦੀ ਸੀ ਕੋਈ ਸਾਨੂੰ ਥੋੜਾ ਜਿਹਾ ਰਸਤਾ ਹੈਗਾ 1-2 ਕਿਲੋਮੀਟਰ ਦਾ, ਅੱਛਾ ਜੀ, ਵੀ ਐਵੇਂ ਕੋਈ ਪਾਰ ਕਰਾ ਦੇ ਜਿਹੜਾ ਕਿ ਸਾਡੇ ਪੈਸੇ ਵੀ ਨਾ ਲੱਗਣ ਤੇ ਅਸੀਂ ਪਹੁੰਚ ਵੀ ਜਾਈਏ, ਕੋਈ 20-30 ਰੁਪਏ ਦਾ ਅਸੀਂ ਆਪਣਾ ਦੁੱਧ ਪਾਣੀ ਕਰਦਾ ਦੇਖੀਏ, ਪਰ ਇਹ ਜਿਹਾ ਕੁਛ ਨਹੀਂ ਹੁੰਦਾ। ਤਾਂ ਫਿਰ ਅਸੀਂ ਬੱਸਾਂ ਵੀ ਜਾਂਦੇ ਤੇ ਕਈ ਵਾਰ ਬਾਹਰ ਜਾਣਾ ਪੈਂਦਾ, ਸਹੁਰੇ ਜਾਣਾ, ਕਦੀ ਕੋਈ ਰਿਸ਼ਤੇਦਾਰੀ ਮੈਂ ਜਾਣਾ, ਤਾਂ ਬੱਸ ਕਨੈਕਟਰ ਵੀ ਪਾਸ ਨੂੰ ਐਵੇਂ ਭਗਾ ਕੇ ਮਾਰ ਦੇਦੇ ਮੈਂ, ਇਹ ਸਰਕਾਰੀ ਮੈਂ ਚੱਲਦੇ ਨੇ ਪ੍ਰਾਈਵੇਟ ਮੈਂ ਨਹੀਂ ਚੱਲਦੇ। ਜਦਕਿ ਉਸੀ ਬੱਸ ਸਟੈਂਡ ਚੋਂ ਸਰਕਾਰੀ ਬੱਸਾਂ ਨਿਕਲ ਰਹੀਆਂ, ਉਸੀ ਬੱਸ ਸਟੈਂਡ ਚੋਂ ਪ੍ਰਾਈਵੇਟ ਬੱਸਾਂ ਨਿਕਲਦੀਆਂ, ਸਾਰੀ ਸਹੂਲਤਾਂ ਬਰਾਬਰ ਦੇ ਰੱਖੀਆਂ ਸਰਕਾਰ ਨੇ ਪ੍ਰਾਈਵੇਟ ਵਾਲਿਆਂ ਨੂੰ ਵੀ ਸਰਕਾਰੀ ਵਾਲਿਆਂ ਨੂੰ, ਪਰ ਫਿਰ ਵੀ ਸਿਰਫ ਜਿਹੜੀ ਸਰਕਾਰੀ ਬੱਸ ਆ ਉਹੀ ਉਹ ਪਾਸ ਨੂੰ ਚਲਾਉਂਦੀ ਸੀ, ਅਦਰਵਾਈਜ਼ ਜਿਹੜੀ ਪ੍ਰਾਈਵੇਟ ਬੱਸ ਆ ਉਹ ਨਹੀਂ ਚਲਾਉਂਦੀ ਸੀ। ਬਿਲਕੁਲ, ਤਾਂ ਉਹ ਗੱਲਾਂ ਨੂੰ ਦੇਖਦੇ ਹੋਏ ਜਦੋਂ ਮੈਂ ਆਟੋ ਪਾਇਆ ਤਾਂ ਮੈਨੂੰ ਪਹਿਲਾ ਸਟੈਪ ਹੀ ਚੱਕਿਆ ਤਾਂ ਵੀ ਪਹਿਲੇ ਇਹ ਲਿਖਾਓ ਜੋ ਆਪਣੇ ਨਾਲ ਬਿੱਤੀ ਆ ਕਿਸੇ ਨਾਲ ਨਾ ਬਿੱਤੇ। ਬਿਲਕੁਲ ਬਿਲਕੁਲ, ਕਿਉਂਕਿ ਜਿਹੜਾ ਉਹੀ ਤੁਹਾਡੇ ਵਾਲੀ ਗੱਲ ਜੋ ਤੁਸੀਂ ਕਿਹਾ ਕਿਲੋਮੀਟਰ ਦਾ ਫਾਸਲਾ ਹੈ ਜਿਹੜਾ 1/2 ਕਿਲੋਮੀਟਰ ਦਾ, ਕੌਣ 20 ਰੁਪਏ ਜਾਂ 15 ਰੁਪਏ ਜਾਂ 10 ਰੁਪਏ ਲਾਏਗਾ, ਉਹ ਬੇਚਾਰਾ ਰਿੜਕਦਾ ਹੋਇਆ ਇੱਕ ਟੰਗ ਤੇ ਚਲਾ ਜਾਊਗਾ, ਔਖਾ ਹੋਊਗਾ, ਪਰ ਉਹ ਆਟੋ ਵਗੈਰਾ ਨਹੀਂ ਕਰੇਗਾ। ਬਿਲਕੁਲ, ਤੇ ਮੈਂ ਪੁੱਛਣਾ ਸ਼ੁਰੂ ਕਰਤਿਆ ਵੀ ਜੇ ਨੇੜੇ ਜੇ ਕੋਈ ਦਿਖਦਾ ਤਾਂ ਵੀ ਹੈਂਡੀਕੈਪ ਜਾ ਰਿਹਾ, ਚੱਲ ਵੀ ਬੈਠ ਜਾ ਫਿਰ ਉਰੇ ਤਾਰ ਦਿੰਨਾ, ਬੈਠ ਜਾ ਭੈਣ ਜੀ ਉਰੇ ਤਾਰ ਦਿੰਨਾ, ਤਾਂ ਫਿਰ ਜਿਹੜੇ ਵੀਰ ਹੁੰਦੇ ਤੇ ਉਹ ਤਾਂ ਤੱਤੇ ਕਰਮ ਹੋ ਕੇ ਬੋਲ ਲੈਂਦੇ ਤੇ ਭਾਈ ਜੀ ਅਸੀਂ ਇੱਕ ਵਾਰ ਕਹਿ ਦਿਆ ਤੈਨੂੰ ਨਹੀਂ ਜਾਣਾ, ਤਾਂ ਫਿਰ ਤੂੰ ਕਾਹਨੂੰ ਖੜੇ ਪਿਆ, ਕਿਉਂਕਿ ਉਹਨਾਂ ਨੂੰ ਇਹ ਹੁੰਦਾ ਸ਼ਾਇਦ ਮੈਂ ਸਵਾਰੀ ਕੀ ਤਰ੍ਹਾਂ ਪੁੱਛ ਰਿਹਾ। ਬਿਲਕੁਲ, ਜੇ ਬੀਬੀ ਭੈਣ ਨੂੰ ਕਿਸੇ ਨੂੰ ਪੁੱਛ ਲਓ ਤਾਂ ਉਹ ਗਲਤ ਸੋਚਦੀ ਸੀ, ਪਤਾ ਨਹੀਂ ਮੈਨੂੰ ਕਿਉਂ ਪੁੱਛੀ ਜਾ ਰਿਹਾ ਬਾਰ ਬਾਰ। ਇਸ ਕਰਕੇ ਤੁਸੀਂ ਪੱਕਾ ਹੀ ਇੱਥੇ ਲਿਖਾ, ਮੈਂ ਲਿਖ ਹੀ ਦਿੱਤਾ ਜੀ ਉਹਨਾਂ ਨੂੰ, ਗਲਤ ਫਹਿਮੀ ਰਵੇ ਹੀ ਨਾ ਵੀ ਮੈਂ ਕਾਸ ਲਈ ਪੁੱਛ ਰਿਹਾ, ਵੀ ਤੁਹਾਡੀ ਇੱਛਾ ਬੈਠ ਜਾਓ, ਬਿਲਕੁਲ ਕੋਈ ਇਹ ਜੀ ਗੱਲ ਨਹੀਂ, ਤੁਹਾਡੀ ਆਪਣੀ ਗੱਡੀ ਆ, ਤੁਹਾਡਾ ਹੀ ਸਹਾਰਾ ਮੇਰਾ ਵੀ ਸਹਾਰਾ, ਕੋਈ ਐਵੇਂ ਦੀ ਗੱਲ ਨਹੀਂ ਯਾਰ, ਪ੍ਰਮਾਤਮਾ ਦੀ ਮਿਹਰ ਰਹਿੰਦੀ ਆ। ਜਿੱਦਣ ਇਸ ਨਾਲ 5-10 ਹਜ਼ਾਰ ਬਹਿ ਜਾਂਦੇ ਹੈਂਡੀਕੈਪ ਸਵਾਰੀਆਂ, ਉਦਣ ਆਪਣੀ ਜੇਬਾਂ ਹੀ ਭਰੀਆਂ ਹੁੰਦੀਆਂ ਜੀ, ਆਪਣੇ ਗੱਲਾਂ ਵੀ ਭਰਿਆ ਹੁੰਦਾ, ਕੋਈ ਰੁਪਈਏ ਦੀ ਘਾੜ ਨਹੀਂ ਹੁੰਦੀ, ਕੋਈ ਘਰੇ ਆਟਾ ਚਿੰਨੀ ਦਾਲ ਦੀ ਘਾੜ ਨਹੀਂ ਹੁੰਦੀ। ਤੇ ਮੈਂ ਬਾਕੀਆਂ ਨੂੰ ਵੀ ਇਹੀ ਕਹਿਣਾ ਚਾਹਾਂਗਾ ਵੀ ਜੇ ਆਪਾਂ ਸੋਚੀਏ ਵੀ ਆਪਣੇ ਜੇਬ ਚੋਂ ਕੁਝ ਕਰ ਦਾਂਗੇ ਕਿਸੇ ਲਈ, ਨਹੀਂ ਕਰ ਸਕਦੇ, ਕੋਈ ਨਹੀਂ ਕਰੂਗਾ, ਨਾ ਕਿਸੇ ਦਾ ਦਿਲ ਮੰਨਦਾ ਨਾ ਕਿਸੇ ਦੀ ਜੇਬ ਮੰਨਦੀ ਆ। ਪਰ ਜੇ ਕੋਈ ਇਹੋ ਜਿਹੇ ਜ਼ਰੀਏ ਰਾਹੀਂ ਜੇ ਕਿਸੇ ਦਾ ਕੁਝ ਭਲਾ ਹੁੰਦਾ ਤਾਂ ਕਰ ਦੇਣਾ ਚਾਹੀਦਾ, ਕਿਉਂਕਿ ਅਸੀਂ ਆਪ ਵੀ ਕਿਸੇ ਨਾ ਕਿਸੇ ਦੇ ਭਲਾਈ ਦੇ ਅਸੂਲ ਤੇ ਉੱਤੇ ਚੱਲਾਂਗੇ ਤਾਂ ਆਪਾਂ ਅੱਗੇ ਵਧਾਂਗੇ। ਕਹਿੰਦੇ ਜੇ ਕਿਸੇ ਦਾ ਭਲਾ ਕਰੀਏ ਨਾ, ਇਨਸਾਨ ਭਲਾ ਨਹੀਂ ਕਰਦਾ, ਉੱਪਰ ਵਾਲਾ ਭਲਾ ਕਰਦਾ, ਉੱਪਰ ਵਾਲਾ ਭਲਾ ਕਰਦਾ, ਜਿਸਦਾ ਕੋਈ ਨਹੀਂ ਉਸਦਾ ਰੱਬ ਆ। ਬਿਲਕੁਲ, ਤੁਸੀਂ ਸੋਚਿਆ ਪਹਿਲਾਂ ਤੁਸੀਂ ਆਪਣੇ ਹੱਥ ਦਿਖਾਓ ਜਿਹੜੇ ਹੈਂਡੀਕੈਪ ਨੇ, ਦੋਸਤੋ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਹੱਥ ਜਿਹੜੇ ਹੈਂਡੀਕੈਪ ਚ ਨੇ, ਕੀ 80% ਕਹਿੰਦੇ ਹੋ ਤੁਸੀਂ? ਹਾਂਜੀ ਸਰ, 80% ਦੇ ਵਿੱਚ ਆਉਂਦੇ ਹੋ ਤੁਸੀਂ ਸਾਰੇ। 1990 ਜੇ ਪਟਿਆਲੇ ਨੂੰ ਬੰਬ ਵਿਸਫੋਟ ਹੋਇਆ ਤਾਂ ਆਰੀਆ ਸਮਾਜ, ਅੱਛਾ ਬੰਬ ਵਿਸਫੋਟ ਹੋਇਆ ਸੀ, ਉਗਰਵਾਦੀਆਂ ਨੇ ਰੱਖੇ ਤੇ ਬੰਬ, ਉੱਤੇ 3 ਬੰਬ ਰੱਖੇ ਗਏ ਤੇ ਜਿਹਦੇ ਵਿੱਚ ਮੰਨ ਲਓ ਇੱਕ 4 ਨੰਬਰ ਡਿਵੀਜ਼ਨ ਚ ਰੱਖਿਆ ਗਿਆ ਤਾਂ, ਤੇ ਇੱਕ ਸ਼ੇਰ ਵਾਲੇ ਗੇਟ ਜਾ ਕੇ ਬਲਾਸਟ ਹੋਇਆ ਤਾਂ ਰੱਖਿਆ ਆਰੀਆ ਸਮਾਜ ਸਕੂਟਰ ਮਾ ਗਿਆ ਤਾਂ, ਪਰ ਉਹ ਸਕੂਟਰ ਜਦ ਚਾਲਕ ਜਦ ਲੈ ਕੇ ਗਿਆ ਉਹ ਸ਼ੇਰ ਵਾਲੇ ਗੇਟ ਹੀ ਪਟਿਆ, ਅੱਛਾ ਉਹਦੇ ਉੱਤੇ ਵੀ ਬੱਚੇ ਹੀ ਢੋਏ ਜਾ ਰਹੇ ਤੇ, ਜਿਹੜੇ ਬੱਚੇ ਫੱਟਰ ਹੋ ਗਏ ਤੇ ਆਰੀਆ ਸਮਾਜ ਬੰਬ ਫੱਟੇ ਤੇ ਉਹ ਬੱਚੇ ਨੂੰ ਢੋਂਦੇ ਹਸਪੀਟਲ ਲਿਜਾਂਦੇ ਹੋਏ, ਉਹ ਬਲਾਸਟ ਹੋਇਆ ਸੀਗਾ ਸ਼ੇਰ ਵਾਲੇ ਗੇਟ, ਉਸ ਟਾਈਮ ਮੇਰਾ 80% ਹੋਇਆ ਤਾਂ। ਦੋਸਤੋ ਬਹੁਤ ਵੱਡੀ ਗੱਲ ਆ, ਇਹ ਜਾਣਕਾਰੀ ਤੁਹਾਨੂੰ ਹੋਰ ਕਿਤੇ ਨਹੀਂ ਮਿਲੇਗੀ, ਕਿਉਂਕਿ ਪਟਿਆਲੇ ਦੇ ਵਿੱਚ ਜਿਹੜਾ ਬੰਬ ਰੱਖਿਆ ਸੀ ਆਤੰਕਵਾਦੀਆਂ ਨੇ ਰੱਖਿਆ ਸੀ, ਆਤੰਕਵਾਦੀਆਂ ਨੇ ਰੱਖਿਆ ਸੀ, ਉਹ ਹੋਇਆ ਸੀ ਉੱਥੇ ਬਾਈ ਜੀ, ਉਸ ਸਮੇਂ ਬੰਬ ਫਟਣ ਤੋਂ ਬਾਅਦ ਬਾਈ ਹੈਂਡੀਕੈਪ ਹੋ ਗਏ 80%। ਬਹੁਤ ਵੱਡੀ ਗੱਲ ਦੱਸੀ ਆ, ਤੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡੇ ਹੱਥ 'ਚ ਆ, ਕਿਉਂਕਿ ਜੇ ਤੁਸੀਂ ਸ਼ੇਅਰ ਕਰੋਗੇ ਤਾਂ ਕਿਸੇ ਭਰਾ ਬਾਰੇ ਇਸ ਵਰਗੇ ਹੋਰ ਨੂੰ ਵੀ ਪਤਾ ਲੱਗੂਗਾ, ਤੇ ਸਪੋਰਟ ਵੀ ਤੁਸੀਂ ਕਰ ਸਕਦੇ ਹੋ। ਸਪੋਰਟ ਕਿਸ ਤਰ੍ਹਾਂ ਕਰ ਸਕਦੇ ਹੋ? ਨੰਬਰ ਵੀ ਤੁਹਾਨੂੰ ਅਸੀਂ ਸ਼ੋਅ ਕਰ ਦਿੱਤਾ ਬਾਈ ਦਾ, ਪਟਿਆਲੇ ਤੋਂ ਨੇ ਬਾਈ, ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੁਹਾਡੇ ਹੱਥ 'ਚ ਆ, ਤਾਂ ਕਿ ਇਦਾਂ ਦੀ ਜਾਣਕਾਰੀ ਹਰ ਇੱਕ ਵਿਅਕਤੀ ਤੱਕ ਪਹੁੰਚ ਸਕੇ, ਤੇ ਜਿਹੜੇ ਵਿਅਕਤੀ ਬਿਲਕੁਲ ਚੱਲਦੇ ਫਿਰਦੇ ਨੇ ਮੇਰੇ ਵਾਂਗੂ ਤੰਦਰੁਸਤ ਨੇ, ਹੱਥ ਪੈਰ ਠੀਕ ਨੇ, ਉਹ ਅੱਜ ਸੜਕਾਂ ਤੇ ਬੱਸ ਸਟੈਂਡ ਤੇ ਭੀਖ ਮੰਗਦੇ ਨੇ, ਤੇ ਆਪਾਂ ਵੀ ਉਹਨਾਂ ਨੂੰ ਦਿੰਦੇ ਆ, ਸਪੋਰਟ ਕਰਨੀ ਚਾਹੀਦੀ ਆ ਅਜਿਹੇ ਇਨਸਾਨ ਨੂੰ। ਤਾਂ ਭਾਜੀ ਇਹ ਗੱਲ ਦੱਸੋ,
कि तुसी हैंडीकैप हो, सरकार वालों तुहाडे लई की सहूलत हुंदी आ, जिवें पेंशन वगैरह लगदी आ, ओह लगी हुई आ? नहीं सर, मैं नौकरी लई जरूर भज्जिया सीगा, क्योंकि मैंने सुनिया था माल प्रशासन दा मोहाली मां इक दफ्तर हैगा जो कि उग्रवाद राही आए व्यक्तियों नूं या फिर कोई बाढ़ पीरियड या फिर बिल्डिंग ढहण ते एजेंट लई नौकरी वगैरह या कम आंदे ने। मैं गया तां बहुत भज दौड़ करी, अपने पटियाले डिप्टी कमिश्नर ऑफ पटियाला सीगे अमृतपाल सिंह जी, उन्होंने मेरे लिए बहुत जोर लाया, उन्होंने बहुत बार मेरा केस उत्थे माल प्रशासन भेजिया नौकरी लई, पर उन्होंने पलट के जवाब बेचारियां नूं इही आया सीगा कि ये 100% नूं नौकरी मिलेगी, 80% कम कर सकदा है, 100% कम नहीं कर सकदा। तां फिर उस तों बाद मैं तंग आके बैठ गया। अच्छा, ते आ जिहड़े ऑटो रिक्शा तुहाडे कोल तिन ने इस समय, इह किवें तुसीं ले, पैसा किवें आया, कि तुहाडे कोल पहले ही बैंक बैलेंस सी, या किवें मेहनत करके, तुसीं इस चीज बारे दस्सो। इह मेहनत है जी कुछ मेरी कुछ बाप दादियां दे। अच्छा, बाप दादे पुराने? हाँ जी पुराने। आज पैसा इन्ने महंगे नहीं, अजकल आटो अजकल 30-35 हज़ार में आम आटो मिल जाते हैं, ते फादर साहब दे भी हैगे ने पैसे अपने कोल, ठीक है। ते दूजे नंबर ते पूरे मेरी चौकीदारी हैगी है पीड़लुड़ी च। अच्छा, उसे चौकीदारी। हाँ जी। उसको किन्ना पैसा मिलता था? कच्चे मुलाजम है मैं उत्थे। मुलाजम कच्चे जा ने? हाँ जी। अच्छा जी, पक्के नहीं हुए? पक्के नहीं हो, 15 साल हो गए जी, सरकार हर बार आंदी है 5 साल का लारा ला के, हर बार सरकार अपना अपना ਉਲੋ ਸਿੱਧਾ ਕਰ ਜਾਂਦੀ ਆ, ਕੋਈ ਫਾਇਦਾ ਨਹੀਂ ਹੋ ਰਿਹਾ। ਉਹ ਤੋਂ ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਨੇ, 5 ਸਾਲ ਬਾਅਦ ਅਸੀਂ ਵੀ ਹੁਣ ਤਬਦੀਲ ਕੀਤੀ ਆ, ਸਰਕਾਰ ਬਦਲੀ ਆ, ਤਾਂ ਕਿ ਕੋਈ ਬਦਲ ਕੇ ਕੋਈ ਫਾਇਦਾ ਨਹੀਂ ਹੋਇਆ ਜੀ। ਫਾਇਦਾ ਨਹੀਂ ਨਾ ਹੋਇਆ, ਆਮ ਆਦਮੀ ਵੀ ਹੁਣ ਖਾਸ ਹੋ ਗਏ ਨੇ, ਇਹਨਾਂ ਦੇ ਜਿਹੜੇ ਵਾਅਦੇ ਦੇ ਸਾਰੇ ਉਵੇਂ ਹੀ ਰਹਿ ਗਏ ਨੇ, ਜਿਵੇਂ ਸਾਡੇ ਕੱਚੀ ਨੌਕਰੀਆਂ ਉਹਨਾਂ ਦੇ ਕੱਚੇ ਵਾਅਦੇ, ਇੱਕੋ ਹੀ ਗੱਲ ਆ। ਕਾਫੀ ਮੁਲਾਜ਼ਮ ਪੱਕੇ ਕਰਦੇ ਤੇ ਕੁਛ ਨਹੀਂ ਕਰਿਆ ਜੀ, ਸਾਡਾ ਜਿੰਨਾ ਸਾਡਾ ਕੋਈ ਮੁਲਾਜ਼ਮ ਪੱਕਾ ਨਹੀਂ ਹੋਇਆ ਜੀ। ਅਸੀਂ ਤਾਂ ਇੱਕ ਬੇਨਤੀ ਕਰਾਂਗੇ ਬਈ, ਐਵੇਂ ਪੱਕੇ ਦਿਲਾਸੇ ਦੇਣ ਨਾਲੋਂ ਕੱਚੇ ਦਿਲਾਸੇ ਦੇ ਕੇ ਰੱਖੇ ਸਰਕਾਰ, ਜੇ ਐਵੇਂ ਹੀ ਕਰਨਾ ਸਾਡੇ ਨਾਲ, ਇਹ ਸਾਡੇ ਮੁਲਾਜ਼ਮ ਜਿੰਨੇ ਹੈਗੇ ਨੇ ਕੱਚੇ ਦੇ ਕੱਚੇ, ਉਵੇਂ ਕੱਚੇ ਹੀ ਸੀਗੇ, ਕੱਚੇ ਹੀ ਰਹੇ ਨੇ, ਜਿਨ੍ਹਾਂ ਦੀ ਉਮਰਾਂ ਹੁਣ 50-55 ਤੱਕ ਵੀ ਪਹੁੰਚ ਗਈਆਂ। ਹੁਣ ਮੈਨੂੰ ਇਹ ਨਹੀਂ ਸਮਝ ਲੱਗਦੀ ਉਹਨਾਂ ਨੂੰ ਪੱਕੇ ਕਰਨਗੇ ਕਿ ਰਿਟਾਇਰ ਕਰਨਗੇ, ਉਹਨਾਂ ਦਾ ਕੁਛ ਨਹੀਂ ਪਤਾ ਲੱਗ ਰਿਹਾ। ਵੀ ਕੀ ਕਰਨਾ ਜਦੋਂ ਕੱਚੇ ਆ ਕਹਿ ਦੇਣਗੇ? ਮੇਰੀ ਤਾਂ ਬੇਨਤੀ ਹੈ ਜੇ ਕਰ ਸਕਦੇ ਆ ਤੇ, ਜਿਨ੍ਹਾਂ ਦੀ 35+ ਹੋਈ ਜਾ ਰਹੀ ਹੈ, 40+ ਹੋਈ ਜਾ ਰਹੀ ਹੈ, ਉਹਨਾਂ ਨੂੰ ਪੱਕੇ ਕੀਤਾ ਜਾਵੇ। ਜਿੰਨੇ 10 ਸਾਲ ਪੁਰਾਣੇ ਮੁਲਾਜ਼ਮ ਨੇ ਕੱਚੇ, ਸਾਰਿਆਂ ਨੂੰ ਪੱਕਾ ਕੀਤਾ ਜਾਵੇ, ਬਾਕੀ ਜਿਹੜੇ ਨਵੇਂ ਨੇ ਉਹਨਾਂ ਬਾਰੇ ਸੋਚੋ ਕੁਛ, ਉਹਨਾਂ ਦਾ ਕੀ ਕਰਨਾ, ਕਿਉਂਕਿ ਉਹ ਉਮੀਦਾਂ ਲਾਈ ਬੈਠੇ ਨੇ, ਦੀਵੇ ਜਲਾਈ ਬੈਠੇ ਨੇ, ਐਨ ਉਹ ਦੀਵੇ ਜਲਾ ਜਲਾ ਕੇ ਇਹਨਾਂ ਦੀਵੇ ਵੀ ਬੁੱਝਣ, ਆਪ ਵੀ ਬੁੱਝਣ। ਬਿਲਕੁਲ, ਸਾਡੀ ਵੀ ਸਰਕਾਰ ਨੂੰ ਹੱਥ ਬੰਨ ਕੇ ਬੇਨਤੀ ਹੈ, ਜਿਹੜੀ ਨਵੀਂ ਸਰਕਾਰ ਆਮ ਪਾਰਟੀ ਸਰਕਾਰ ਆਮ ਲੋਕਾਂ ਨੇ ਚੁਣੀ ਆ, ਤਾਂ ਪਹਿਲਾਂ ਜਿੰਨੇ ਵੀ ਹੈਂਡੀਕੈਪ ਭਰਾ ਪੰਜਾਬ 'ਚ ਨੇ ਉਹਨਾਂ ਨੂੰ ਪਹਿਲ ਦਿੱਤੀ ਜਾਵੇ, ਬਾਕੀ ਜਿਹੜੇ ਠੀਕ ਠਾਕ ਨੇ ਉਹਨਾਂ ਨੂੰ ਤੁਸੀਂ ਨੌਕਰੀ ਦੇਣੀ ਹੁੰਦੀ ਆ। ਪਰ ਅਜਿਹੇ ਭਰਾ ਨੇ ਜਿਹੜੇ ਸਾਡੇ ਜਿਹੜੇ ਕੱਚੇ ਲੱਗੇ ਨੇ, ਉਹਨਾਂ ਨੂੰ ਪੱਕਾ ਕੀਤਾ ਜਾਵੇ, ਜਿਨ੍ਹਾਂ ਨੂੰ ਨਹੀਂ ਨੌਕਰੀ ਮਿਲੀ ਉਹਨਾਂ ਨੂੰ ਕੋਈ ਪੈਨਸ਼ਨ ਇਹੋ ਜਿਹੀ ਲਗਾਈ ਜਾਵੇ, ਤਾਂ ਕਿ ਉਹਨਾਂ ਦੇ ਪਰਿਵਾਰ ਦਾ ਪਾਲਣ ਪੋਸ਼ਣ ਬਿਲਕੁਲ ਸਹੀ ਹੋ ਸਕੇ, ਠੀਕ ਠਾਕ ਹੋ ਰਹਿ ਸਕਣ, ਖੁਸ਼ੀ ਆਪਣੇ ਪਰਿਵਾਰ ਦੇ ਵਿੱਚ ਜ਼ਿੰਦਗੀ ਬਤੀਤ ਕਰ ਸਕਣ। ਪਰਿਵਾਰ ਦੇ ਵਿੱਚ ਕੌਣ ਕੌਣ ਆ? ਪਰਿਵਾਰ 'ਚ ਮੰਮੀ ਹੈ ਮੇਰੇ, ਵਾਈਫ ਹੈ, 2 ਬੱਚੇ ਨੇ। ਅੱਛਾ, ਬੱਚੇ ਕਿੰਨੀ ਕਿੰਨੀ ਉਮਰ ਦੀ? ਇੱਕ 15 ਸਾਲ ਦਾ, ਇੱਕ 12 ਸਾਲ ਦਾ। ਪੜ੍ਹਦੇ ਨੇ ਅਜੇ? ਹਾਂਜੀ ਪੜ੍ਹਦੇ ਆ ਜੀ ਸਰਕਾਰੀ। ਵਾਈਫ ਵੀ ਦੱਸਿਆ ਵੀ 100% ਹੈਂਡੀਕੈਪ ਹੋਣ ਦੇ ਬਾਵਜੂਦ ਬਾਈ ਜੀ ਮਿਹਨਤ ਇੰਨੀ ਕੁ ਕਰ ਰਹੇ ਨੇ। ਤੇ ਇੱਕ ਗੱਲ ਹੋਰ ਦੱਸੋ ਮੈਨੂੰ, ਮੰਨ ਲਓ ਤੁਸੀਂ ਆ ਜਾ ਰਹੇ ਹੋ, ਬੱਸ ਸਟੈਂਡ ਖੜੇ ਆ ਸਮੇਂ ਆਪਾਂ ਪਟਿਆਲੇ ਦੇ, ਪਟਿਆਲੇ ਦੇ ਵਿੱਚ ਤੁਹਾਨੂੰ ਕੋਈ ਹੈਂਡੀਕੈਪ ਮਿਲ ਜਾਂਦਾ, ਉਹ ਕਹਿੰਦਾ ਮੈਂ ਇੱਥੋਂ ਜਾਣਾ 10 ਕਿਲੋਮੀਟਰ, ਚਾਹੇ ਜਾਣਾ ਫਤਿਹਗੜ੍ਹ ਸਾਹਿਬ, ਉਹਨਾਂ ਨੇ ਦਰਸ਼ਨ ਕਰ ਜਾਣਾ ਗੁਰੂ ਘਰ ਦੇ, ਤਾਂ ਤੁਸੀਂ ਉਸ ਵਾਸਤੇ ਕੀ ਕਰਦੇ ਹੋ? ਹਾਜ਼ਰ ਹਾਂ ਜੀ। ਹਾਜ਼ਰ ਹੋ ਜੇ ਰੱਬ ਸਾਡੇ ਲਈ ਹਾਜ਼ਰ, ਅਸੀਂ ਵੀ ਹਾਜ਼ਰ ਹਾਂ। ਬਿਲਕੁਲ, ਅਸੀਂ ਤਾਂ ਇਹ ਜੇ ਸਰੋਤੇ ਦੇਖੇ ਆ ਜੀ, ਜਿਹੜੇ ਸਰੋਤਿਆਂ ਦਾ ਇੱਕ ਹੱਥ ਕੰਮ ਕਰਦਾ ਦੂਜੇ ਨੂੰ ਵੀ ਨਹੀਂ ਪਤਾ ਲੱਗਦਾ ਕੀ ਕਰ ਗਿਆ। ਜਿਨ੍ਹਾਂ ਵਿੱਚ ਆਪਣੇ ਸਨੋਰ ਮੰਡੀ ਦੇ ਮੱਖਣ ਸਿੰਘ ਜੀ, ਅੱਛਾ ਜੀ, ਤੇ ਆਪਣਾ ਪਟਵਾਰੀ ਜੀ, ਹਾਂਜੀ, ਪੱਤਰਕਾਰ ਨੇ, ਹਾਂਜੀ, ਉਹ ਤੇ ਤੀਜੇ ਨੰਬਰ ਤੇ ਆ ਜਾਂਦੇ ਆਪਣੇ ਜੀ ਗੁਰਚਰਨ ਸਿੰਘ ਜੀ, ਮੋਹਾਲੀ SDO ਸੀਗਾ ਜੀ, ਠੀਕ ਹੈ, ਜਿਨ੍ਹਾਂ ਦੇ ਹੱਥ ਇੱਕ ਕੰਮ ਕਰਦਾ ਦੂਜੇ ਨੂੰ ਵੀ ਨਹੀਂ ਪਤਾ ਲੱਗਦਾ ਕਦੋਂ ਕੀ ਕਰ ਗਏ। ਬਿਲਕੁਲ। ਤੇ ਤੀਜੇ ਨੰਬਰ ਤੇ ਆਇਆ ਸਰਜੀਤ ਸਿੰਘ ਜੀ, ਸਾਡੇ SDO ਸਾਹਿਬ, ਠੀਕ ਹੈ, ਜਿਨ੍ਹਾਂ ਨੇ 45 ਬੰਦਿਆਂ ਨੂੰ, ਕੱਚਿਆਂ ਨੂੰ ਐਵੇਂ ਸਾਂਭ ਰੱਖਿਆ ਜਿਵੇਂ ਮਾਂ ਵੀ ਨਹੀਂ ਬੁੱਕਲ ਚਲੇ ਕੇ ਰੱਖਦੀ। ਬਿਲਕੁਲ ਬਿਲਕੁਲ ਬਿਲਕੁਲ, ਇਹ ਵੀ ਬਹੁਤ ਭਲਾਈ ਵਾਲਾ ਕੰਮ ਆ ਕਿ ਸਾਂਭ ਕੇ ਰੱਖਣਾ ਹੈਂਡੀਕੈਪ ਭਰਾਵਾਂ ਨੂੰ। ਸਾਡੇ ਆਸ਼ੂ ਗੌਤਮ ਜੀ ਆ ਰਹੇ ਸਮਾਪਤ ਤੋਂ, ਠੀਕ ਹੈ ਜੀ, ਜਿਹੜੇ ਉਹਨੇ ਉਹ ਵੀ ਉਹ ਕੰਮ ਦਿਖਾਵੇ ਦੇ ਨਹੀਂ ਕਰਦੇ, ਜਿਹੜਾ ਕੰਮ ਇਹ ਹੱਥ ਨੇ ਕਰਦਾ ਦੂਜੇ ਨੂੰ ਵੀ ਨਹੀਂ ਪਤਾ ਲੱਗਦਾ ਕੀ ਕਰ ਗਏ। ਬਿਲਕੁਲ ਬਿਲਕੁਲ, ਵੀ ਇਹਨਾਂ ਦਾ ਕਹਿਣਾ ਕਿ ਜੇ ਕੋਈ ਭਰਾ ਸਾਡਾ ਨਾ
ਕਹਿੰਦਾ ਵੀ ਮੈਂ ਫਤਿਹਗੜ੍ਹ ਸਾਹਿਬ ਜਾਣਾ ਜਾਂ ਇੱਧਰ ਬਹਾਦਰਗੜ੍ਹ ਜਾਣਾ ਰਾਜਪੁਰੇ ਵਾਲੀ ਸਾਈਡ ਜਾਣਾ ਉਹਨਾਂ ਨੂੰ ਵੀ ਬਾਈ ਜੀ ਲੈ ਕੇ ਜਾਂਦੇ ਨੇ ਜਿਹੜੇ ਹੈਂਡੀਕੈਪ ਨੇ ਸਪੈਸ਼ਲ ਬਾਈ ਜੀ ਨੇ ਲਕਾਰ ਕਿਹਾ ਕਿਰਾਇਆ ਮਾਫ ਸਿਰਫ ਹੈਂਡੀਕੈਪ ਵਿਅਕਤੀਆਂ ਦਾ ਇਹ ਚੀਜ਼ ਤੁਸੀਂ ਧਿਆਨ ਨਾਲ ਦੇਖ ਲਵੋ ਹਰ ਇੱਕ ਬੰਦਾ ਕਹਿੰਦਾ ਕਿ ਯਾਰ ਨਾ 10 ਰੁਪਏ ਬਚ ਜਾਣ ਮੈਨੂੰ ਇੱਥੋਂ 20 ਰੁਪਏ ਬਚ ਜਾਣ ਪਰ ਬਾਈ ਜੀ ਨੇ ਬਹੁਤ ਵਧੀਆ ਪਹਿਲ ਕੀਤੀ ਆ ਕਿ ਅਸੀਂ ਇੱਦਾਂ ਦਾ ਕੰਮ ਕਰਨਾ ਰੱਬ ਦੇਖਦਾ ਲੋਕ ਨਹੀਂ ਦੇਖਦੇ ਜੇ ਕੋਈ ਰਸਤੇ 'ਚ ਆਪਾਂ ਕਹਿੰਦੇ ਨਾ ਅੱਜ ਕੱਲ੍ਹ ਆਪਾਂ ਵੀ ਕਹਿੰਦੇ ਬਾਈ ਜੀ ਆ ਜਾਓ ਬਹਿ ਜਾਓ ਅਲਾ ਗਲਤ ਸੋਚਦਾ ਵੀ 10 ਰੁਪਏ ਮੰਗੂ ਆ ਜੇ ਕਿਸੇ ਭੈਣ ਨੂੰ ਕਹਿ ਦਈਏ ਭੈਣ ਬਹਿ ਜਾਓ ਅਲੀ ਕਹਿੰਦੀ ਆ ਨਾ ਮੈਂ ਨਹੀਂ ਬਹਿਣਾ ਬਾਈ ਜੀ ਬਾਈ ਨੇ ਇਸ ਕਾਰਨ ਹੀ ਲਿਖ ਕੇ ਲਾ ਦਿੱਤਾ ਸਪੈਸ਼ਲ ਕਿ ਹੈਂਡੀਕੈਪ ਵਿਅਕਤੀਆਂ ਲਈ ਕਿਰਾਇਆ ਫ੍ਰੀ ਚਾਹੇ ਦੂਰ ਜਾਣਾ ਹੋਵੇ ਚਾਹੇ ਨੇੜੇ ਜਾਣਾ ਹੋਵੇ ਚਾਹੇ ਰਸਤੇ 'ਚ ਉਤਰਨਾ ਹੋਵੇ ਤਾਂ ਬਾਈ ਜੀ ਹੋਰ ਤੁਸੀਂ ਦੱਸੋ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੁਣ ਲਾਸਟ ਜਾਂਦੇ ਜਾਂਦੇ ਸਰ ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹਾਂਗਾ ਵੀ ਅਸੀਂ ਬਹੁਤ ਸੋਚ ਸਮਝ ਕੇ ਤੁਹਾਨੂੰ ਚੁਣਿਆ ਸੀਗਾ ਬਿਲਕੁਲ ਸਿਰਫ ਇਸ ਉਮੀਦ ਤੇ ਵੀ ਅਸੀਂ ਪੱਕੇ ਹੋਵਾਂਗੇ ਸਾਰੇ ਪਰ ਅਸੀਂ ਪੱਕੇ ਨਹੀਂ ਹੋਏ ਅਸੀਂ ਤੁਹਾਨੂੰ ਤੁਹਾਡੇ ਕੱਚੇ ਵਾਅਦੇ ਯਾਦ ਕਰਾ ਰਹੇ ਹਾਂ ਉਹਨਾਂ ਨੂੰ ਪੱਕਾ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਤੁਸੀਂ ਹੁਣ ਆਮ ਆਦਮੀ ਪਾਰਟੀ ਤੋਂ ਖਾਸ ਆਦਮੀ ਪਾਰਟੀ ਬਣ ਚੁੱਕੇ ਹੋ ਤਾਂ ਸਾਡੇ ਲਈ ਤੁਸੀਂ ਉਹ ਪਾਰਟੀਆਂ ਬਰਾਬਰ ਹੀ ਹੋ ਜਿਹੜੇ ਸਾਡੇ 15 ਸਾਲ ਪਹਿਲੇ ਤੋਂ ਅਸੀਂ ਦੇਖ ਰਹੇ ਹਾਂ ਬਿਲਕੁਲ ਜੇ ਨਾ ਕੰਮ ਕੀਤਾ 5 ਸਾਲ ਫੇਰ ਆ ਗਏ ਫੇਰ ਬਦਲ ਦੇਣਾ ਫੇਰ ਕਾਂਗਰਸ ਅਕਾਲੀ ਜਾਂ ਕੋਈ ਹੋਰ ਪਾਰਟੀ ਆ ਜਾਣੀ ਹੈ ਪੰਜਾਬ ਦੇ ਵਿੱਚ ਇਹੀ ਹੋਊਗਾ ਕਿਉਂਕਿ ਜਿਹੜੀ ਵੋਟਰ ਨੇ ਨਾ ਵੋਟਰ ਉਹ ਦੇਖਦੇ ਹੁੰਦੇ ਨੇ ਉਹਨਾਂ ਦਾ ਕੋਈ ਪਤਾ ਨਹੀਂ ਕਦੋਂ ਬੰਦੇ ਨੂੰ ਫਰਸ਼ ਤੋਂ ਅਰਸ਼ ਤੱਕ ਅਰਸ਼ ਤੋਂ ਫਰਸ਼ ਤੱਕ ਕਦੇ ਪਜਾ ਦੇਣ ਕਦੋਂ ਪਜਾ ਦੇਣ ਕੁਛ ਨਹੀਂ ਪਤਾ ਤਾਂ ਕਿ ਭਗਵੰਤ ਮਾਨ ਸਰਕਾਰ ਨੂੰ ਸਾਡੇ ਵੱਲੋਂ ਬੇਨਤੀ ਆ ਕਿ ਜਿਹੜੇ ਕੱਚੇ ਵਾਜ ਨੇ ਪੱਕੇ ਕੀਤੇ ਨੇ ਜਿਹੜੇ ਹੋਰ ਕੰਮ ਕਰਨੇ ਨੇ ਉਹਨਾਂ ਨੂੰ ਵੀ ਪਹਿਲ ਦਿੱਤੀ ਜਾਵੇ ਤੇ ਇਹ ਜ਼ਰੂਰੀ ਨਹੀਂ ਵੀ ਹਰ ਫੈਸਲਾ ਰਾਮਲੀਲਾ ਗਰਾਊਂਡ ਦੁਸ਼ਹਿਰਾ ਗਰਾਊਂਡ ਪੁੱਲੇ ਥੱਲੇ ਜੰਤਰ ਮੰਤਰ ਗਰਾਊਂਡ ਜਾਂ ਫਿਰ ਦਿੱਲੀ ਬਾਰਡਰ ਤੇ ਹੋਵੇ ਅਸੀਂ ਚਾਹੁੰਦੇ ਆ ਸਾਡੇ ਘਰੇ ਬੈਠੇ ਸਾਨੂੰ ਇਹ ਜੇ ਜੋ ਸਾਡੇ ਅਧਿਕਾਰ ਨੇ ਸਾਨੂੰ ਦਿੱਤੇ ਜਾਣ ਬਿਲਕੁਲ ਬਿਲਕੁਲ ਅਸੀਂ 15 ਸਾਲ ਕਿਸੇ ਨੇ 20 ਸਾਲ ਤੋਂ ਤੁਹਾਡੀ ਸੇਵਾ ਕੀਤੀ ਆ ਸਾਨੂੰ ਸੇਵਾ ਦਾ ਫਲ ਜ਼ਰੂਰ ਮਿਲਿਆ ਜਾਵੇ ਜਿੰਨੇ ਵੀ ਕੱਚੇ ਮੁਲਾਜ਼ਮ ਆ ਉਹਨਾਂ ਨੂੰ ਇੱਕ ਵਾਰ ਪੱਕਾ ਕੀਤਾ ਜਾਵੇ ਜਿਹੜੇ ਇਹ ਸੋਚ ਰਹੇ ਅਸੀਂ ਪੱਕੇ ਹੋਵਾਂਗੇ ਜਾਂ ਨਹੀਂ ਹੋਵਾਂਗੇ ਬਿਲਕੁਲ ਤਾਂ ਦੋਸਤੋ ਬਾਈ ਦੀ ਅਪੀਲ ਆ ਸਰਕਾਰ ਨੂੰ ਤੇ ਤੁਹਾਡੇ ਅੱਗੇ ਵੀ ਸਾਡੀ ਅਪੀਲ ਆ ਕਿ ਅਜਿਹੀਆਂ ਵੀਡੀਓ ਸ਼ੇਅਰ ਕਰਿਆ ਕਰੋ ਨਾ ਕਿ ਜਿਹੜੇ ਤੁਸੀਂ ਹੱਸਦੇ ਹੋ ਖੇਡਦੇ ਚਲੋ ਉਹ ਵੀ ਇੱਕ ਮਨੋਰੰਜਨ ਦਾ ਸਾਧਨ ਆ ਫੇਸਬੁੱਕ ਤੇ ਯੂਟਿਊਬ ਤੇ ਦੇਖਣਾ ਜ਼ਰੂਰੀ ਆ ਪਰ ਅਜਿਹੀਆਂ ਵੀਡੀਓ ਵੀ ਤੁਸੀਂ ਸ਼ੇਅਰ ਕਰਿਆ ਕਰੋ ਜਿਹਦੇ ਨਾਲ ਕਿਸੇ ਦਾ ਭਲਾ ਹੋ ਸਕੇ ਜਿਸ ਨੂੰ ਜਾਣਕਾਰੀ ਕਿਸੇ ਨੂੰ ਮਿਲ ਸਕੇ ਕਿ ਅਜਿਹੇ ਵਿਅਕਤੀ ਵੀ ਨੇ ਸਾਡੇ ਸਮਾਜ ਦੇ ਵਿੱਚ ਜਿਹੜੇ 80% 100% ਹੈਂਡੀਕੈਪ ਹੋਣ ਤੋਂ ਬਾਵਜੂਦ ਵੀ ਉਹ ਅੱਜ ਦੀ ਡੇਟ ਦੇ ਵਿੱਚ ਭੀਖ ਨਹੀਂ ਮੰਗਦੇ ਹੱਕ ਦੀ ਮਿਹਨਤ ਕਰਕੇ ਰੋਟੀ ਖਾਂਦੇ ਨੇ ਮਿਹਨਤ ਕਰਦੇ ਨੇ ਤਾਂ ਸਾਡਾ ਫਰਜ਼ ਬਣਦਾ ਇਸ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਟਾਈਮ ਦਿੱਤਾ ਤੁਹਾਡਾ ਸ਼ੁਕਰੀਆ ਤੇ ਜੇ ਦੋਸਤੋ ਜੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਦੇਖਿਆ ਤੇ ਬਾਈ ਦੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰ ਦਿਓ ਤਾਂ ਕਿ ਬਾਈ ਦੀ ਵੀਡੀਓ ਸਾਰੇ ਪੰਜਾਬ 'ਚ ਨਹੀਂ ਪੂਰੇ ਇੰਡੀਆ 'ਚ ਪਹੁੰਚ ਸਕੇ ਧੰਨਵਾਦ ਚੈਨਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਤੇ ਕਲਿੱਕ ਜ਼ਰੂਰ ਕਰ ਲਿਓ ਜੇਕਰ ਤੁਸੀਂ ਇਹ ਵੀਡੀਓ ਸਾਡੀ ਫੇਸਬੁੱਕ ਪੇਜ 'ਤੇ ਦੇਖ ਰਹੇ ਹੋ ਤਾਂ ਪੇਜ ਨੂੰ ਲਾਈਕ ਤੇ ਫੋਲੋ ਜ਼ਰੂਰ ਕਰਿਓ ਧੰਨਵਾਦ ਰੱਬ ਰਾਖਾ ਜੈ